हाँ जी, सत श्रीकाल जी सारिया नू। वधिया फार्म यूट्यूब चैनल ते तुहाडा स्वागत है जी। किसान वीरों, अज दी जिहड़ी आपां वीडियो बना रहे हैं, पिंड दादूपुरा, तहसील मजिठा ते जिला अमृतसर। अगे भी इस घर दे विच जिहड़ियां तुहानू वीडियो दिखाई दियां वा, अज भी तुहानू तीन गावां जिहड़ियां दिखाउणियां है, तो तिने हौले भालियां विखाउणियां है, तो एक दोस्तों कट्टी जिहड़ी एंड ते तुहानू एक दिखाउणी है, जिहड़ी बड़ी मतलब सोहणी कट्टी विखाउणी तुहानू, आह वाली कट्टी जिहड़ी एंड ते तुहानू दिखावांगे हौले भाली। आओ हुण पहलां गावां तों शुरुआत करदे हां। हाँ जी वीर जी, सत श्री अकाल जी। होर सुनाओ की हाल चाल जी? ठीक ठाक जी। ਤੇ ਵਧੀਆ ਚੱਲੀ ਜਾਂਦਾ ਕੰਮ ਕਰ? ਹਾਂਜੀ ਵਧੀਆ ਵੀਰ ਜੀ ਚੱਲੀ ਜਾਂਦਾ ਵਧੀਆ ਠੀਕ। ਨਾਮ ਦੱਸ ਦਿਓ ਕਰੀ ਆਪਣਾ। ਨਾਮ ਕੁਲਜਿੰਦਰਾ ਜੀ। ਐਡਰੈਸ ਦੱਸ ਦਿਓ। ਪਿੰਡ ਦਾਦੂਪੁਰਾ, ਹਾਂਜੀ, ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ। ਤੇ ਆਪਣਾ ਫੋਨ ਨੰਬਰ ਵੀ ਬੋਲ ਦਿਓ ਜੀ। ਹਾਂਜੀ ਫੋਨ ਨੰਬਰ ਹੈਗਾ ਜੋ 82888, ਹਾਂਜੀ, 7252। ਇੱਕ ਵਾਰੀ ਫਿਰ ਬੋਲ ਦਿਓ ਜੀ, 82888, ਹਾਂਜੀ, 7252। ਠੀਕ ਹੈ ਜੀ, ਤੇ ਆ ਫਿਰ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜਿਹੜੇ ਪਹਿਲੇ ਨੰਬਰ ਤੇ ਜਿਹੜੀ ਗਾਂ ਵੱਜੀ ਹੈ, ਹਵਾਨਾ ਜਿਹਦਾ ਕਾਫੀ ਤਗੜਾ ਲੱਗਾ। ਕਿੰਨਵਾ ਸੁਬਾ ਸੋਨਾ ਵੀਰ ਜੀ ਨੇ? ਇਹ ਦੂਜਾ ਸੁਬਾ ਹੈ ਵੀਰ ਜੀ। ਦੂਸਰਾ ਸੁਬਾ ਸੋਨਾ ਹੈ? ਦੂਜਾ ਲਾ ਲਓ, ਤੀਜਾ ਲਾ ਲਓ, ਇੱਥੇ ਕੀ ਜਾਣੀ ਹੈ? ਠੀਕ ਹੈ। ਕਿੰਨੇ ਕੁ ਦਿਨ ਖੜਦੀ ਹੈ? ਦੇਣਾ ਜੀ ਵੀਰ ਜੀ, ਇਹਨੇ ਲੈਣਾ ਹੈ ਹਫਤਾ, ਵਧੀਆ ਲੈਣਾ ਹੈ। ਹਫਤਾ ਲੈ ਜੂਗੇ ਜੀ ਫਿਰ? ਹਫਤਾ ਲੈਣਾ ਹੈ। ਹੋਰ ਤੈਨੂੰ ਤੇ ਹਵਾਨਾ ਫੇਰ ਇਹਦਾ ਬਹੁਤ ਜ਼ਿਆਦਾ ਵੀਰ ਜੀ, ਬਹਿਣਾ ਉੱਠਣਾ ਔਖਾ ਹੁੰਦਾ ਗਾਂ ਕੋ ਇਹਦਾ। ਆ ਵੇਖੋ ਇਹਦਾ ਨਾ ਸਹਿਜ ਹੀ ਹੁੰਦਾ ਪਿਆ ਥਣਾ ਜੂਗੇ। ਅੱਛਾ ਜੀ, ਹਾਂਜੀ, ਹਜੇ ਜਾਨੀ ਕਿ ਹਫਤੇ ਹੋਂ ਸ਼ਾਇਦ ਵੱਧ ਹੀ ਲੈ ਜੇ। ਹਾਂ ਦੇਖ ਸਕਦੇ ਸ਼ਾਇਦ ਹੀ ਆ ਜਿਹੜਾ ਹੱਲੇ ਕੱਢਿਆ ਹੁਣੇ। ਠੀਕ, 20 ਲੀਟਰ ਦੀ ਵਧੀਆ ਗਰੰਟੀ ਮਿਲੀ ਹੈ। 20 ਤੋਂ ਪਲੱਸ ਆਂਦੇ ਪਰ ਲਿਸਾ ਪਾਣੇ ਆਪਾਂ 20 ਲੀਟਰ ਹੀ ਆਨੇ। ਅੱਛਾ, ਤੁਸੀਂ 20 ਲੀਟਰ ਦੀ ਕਹਿ ਕੇ ਦੋਗੇ ਤੇ ਪਲੱਸ ਵੀ ਜਿਹੜਾ ਕੱਢ ਸਕਦੀ ਹੈ। ਕੱਢੂਗੀ ਹਾਂਜੀ, ਬਾਕੀ ਲਿਸਾ ਪਾਣੇ ਚਲੋ ਇੰਨਾ ਕੱਢਦੇ, ਗਰਮੀ 'ਚ ਬਹੁਤ ਹੁੰਦਾ ਵਾ। ਠੀਕ ਹੈ ਜੀ, ਹਾਂਜੀ ਠੀਕ ਹੈ। ਲਿਆ ਵੀਰ ਜੀ, ਖੋਲੋ ਫਿਰ ਇਹਨੂੰ ਤੋੜ ਕੇ ਵਿਖਾਈਏ ਜੀ। ਹਾਂ ਦੇਖ ਸਕਦੇ ਦੋਸਤੋ, ਹਵਾਨਾ ਜਿਹੜਾ ਇਹਦੇ ਕੋਲ ਕਾਫੀ ਤਗੜਾ ਲੱਗਾ। ਹਲੇ ਵੀ ਜਿਹੜਾ ਹਫਤਾ 10 ਦਿਨ ਜਿਹੜੇ ਇਹਨੇ ਗਾਂ ਨੇ ਖੜਨੇ ਆ, ਜਿਸ ਤਰ੍ਹਾਂ ਆਪਾਂ ਸ਼ਾਇਦ ਜਿਹੜੇ ਹਿਸਾਬ ਨਾਲ ਥਣਾ ਚੋਣ ਦਿਆ ਤੇ ਹਵਾਨਾ ਪੂਰਾ ਭਰਨਾ ਇਹਨੇ। ਹਾਂਜੀ ਵੀਰ ਜੀ, ਲੈ ਆਓ ਜੀ। ਜੇ ਕੋਈ ਸਾਂਭ ਵਾਲਾ ਵੀਰ ਖੜੂਗਾ ਤੇ ਦੁੱਧ ਜਿਹੜਾ ਇਹਦੇ ਕੋਲ ਵੱਧ ਵੀ ਕੱਢ ਸਕਦਾ। ਚੰਗਾ ਤਗੜਾ ਹਵਾਨਾ ਜਿਹੜਾ ਇਹਦੇ ਕੋਲ ਲੱਗਾ, ਗਾਂ ਵੀ ਹਵਾਨਾ ਸੋਹਣਾ, ਤੇ ਜੇ ਹਵਾਨਾ ਜਿਹੜਾ ਇਹਨੇ ਪਛਾਣ ਹੋਰ ਭਰਨਾ। ਬਾਕੀ ਥਣਾਂ ਦਾ ਗੈਪ ਜਿਹੜਾ ਤੁਸੀਂ ਦੇਖ ਸਕਦੇ ਦੂਰ ਦੂਰ, ਕੁਛ ਭਲਾਂ ਭਲਾਂ ਵੀ ਪਈਆਂ। ਹਾਂਜੀ ਵੀਰ ਜੀ, ਫਿਰ ਮੁੱਲ ਆਪਾਂ ਇਹਦਾ ਦੱਸ ਦਈਏ ਜੀ। ਹਾਂਜੀ ਵੀਰ ਜੀ, ਮੁੱਲ ਵੀਰ ਜੀ ਜੋ ਮਰਜ਼ੀ ਕਰੀਏ, 40-42 ਹੈ, 35,000 ਦੀ ਦੇ ਦਾਂਗੇ। 35 ਦੀ ਦੇ ਦੋਗੇ? ਹਾਂਜੀ 35,000 ਦੀ। ਉਹ ਚੋਂ ਛੋਟ ਛਾਟ ਫਿਰ ਕਰ ਦੋਗੇ ਮੌਕੇ ਤੇ? ਹਾਂਜੀ ਕਰ ਦਾਂਗੇ ਜੀ, ਛੋਟ ਕਰ ਦਾਂਗੇ। ਠੀਕ ਹੈ ਜੀ, ਹੁਣ ਦੂਸਰੇ ਨੰਬਰ ਤੇ ਇੱਕ ਸਾਈ ਵਾਲ ਕ੍ਰੋਸ ਤੁਹਾਨੂੰ ਦਿਖਾਉਣੀ ਹੈ। ਥਣ ਹਵਾਨਾ ਜਿਹਦਾ ਵੀ ਸੋਹਣਾ ਹੈ। ਇਹ ਵੀ ਵੀਰ ਜੀ ਗੱਬਣੇ ਆ ਜੀ? ਹਾਂਜੀ ਇਹ ਗੱਬਣੇ ਵੀਰ ਜੀ, ਗੱਬਣੇ। ਕਿੰਨੇ ਕੁ ਦਿਨ ਖੜਦੀ ਹੈ ਜੀ? ਇਹਨੇ ਲੈਣਾ ਜੀ ਵੀਰ ਜੀ, ਹਫਤੇ ਦੇ 10 ਦਿਨ ਲੈ ਜੂਗੀ ਜੀ। ਹਫਤਾ 10 ਦਿਨ ਲੈ ਜੂਗੀ? ਹਾਂਜੀ ਹਫਤੇ ਦੇ 10 ਦਿਨ, ਇਹ ਪਿੰਡੋਂ ਹੀ ਲਈ ਆਪਣੇ। ਅੱਛਾ ਜੀ, ਦੁੱਧ ਭਾਦੀ ਰਹੀ 13-14 ਕਿਲੋ, 13 ਕਿਲੋ। ਅੱਛਾ ਅੱਛਾ, ਹਾਂਜੀ 13 ਕਿਲੋ ਦੀ ਇਹਦੀ ਵਧੀਆ ਗਰੰਟੀ। ਕਿੰਨਵਾਂ ਸੁਬਾ ਸੋਨਾ ਇਹਨੇ ਹੁਣ? ਇਹ ਤੀਜਾ ਵੀ ਸੁਬਾ ਜੀ। ਤੀਸਰਾ ਸੋਨਾ? ਹਾਂਜੀ। ਲਿਆ ਖੋਲੋ ਫਿਰ ਇਹਨਾਂ ਵੀ ਤੋੜ ਕੇ ਵਿਖਾ ਦਈਏ ਇੱਕ ਵਾਰੀ। ਹਫਤਾ 10 ਦਿਨ ਜਿਹੜਾ ਇਹ ਵੀ ਖੜਦੀ ਹੈ, ਤੇ ਹਵਾਨਾ ਇਹਦੇ ਕੋਲ ਵੀ ਚੰਗਾ ਖੁੱਲ੍ਹਾ ਹੀ ਲੱਗਾ। ਇਹਦੇ ਵੀ ਵੀਰ ਜੀ ਹੁਣੇ ਕਹਿੰਦੇ ਕਿ 13 ਲੀਟਰ ਦੀ ਗਰੰਟੀ ਜਿਹੜੀ ਆਪਾਂ ਦੇਵਾਂਗੇ। ਸਾਈਵਾਲ ਕ੍ਰੋਸ ਜਿਹੜੀ ਹੈ ਗਾਂ, ਇਹਦਾ ਜਿਹੜਾ ਮੁੱਲ ਪੁੱਛਦੇ। ਹਾਂਜੀ ਵੀਰ ਜੀ, ਫਿਰ ਇਹਦਾ ਵੀ ਮੁੱਲ ਆਪਾਂ ਦੱਸ ਦਈਏ ਜੀ। ਠੀਕ ਹੈ ਜੀ, ਤੇ ਹੁਣ ਤੀਸਰੇ ਨੰਬਰ ਤੇ ਇੱਕ ਹੋਰ ਜਿਹੜੀ ਤੁਹਾਨੂੰ ਦਿਖਾਉਣੀ ਆ, ਇਹ ਵੀਰ ਜੀ ਕਿੰਨਵਾਂ ਸੁਬਾ ਸੋਈ ਆ ਜੀ? ਤੇ ਮਗਰ ਕੀ ਆ ਗਿਆ? ਹਾਂ ਦੋਸਤੋ, ਜਿਹੜੀ ਇਹਦੇ ਮਗਰ ਵੱਛੀ ਆ ਗਈ, 20-22 ਦਿਨਾਂ ਦੀ ਜਿਹੜੀ ਇਹ ਵੱਛੀ ਹੈ। ਤੇ ਦੁੱਧ ਕਿੰਨਾ ਕੁ ਤਿਆਰ ਵੀਰ ਜੀ ਇਹਦੇ ਕੋਲੋਂ? 11-12 ਕਿਲੋ ਹੈਗਾ ਜੀ ਥੱਲੇ। ਹੁਣ ਪੂਰਾ ਤਿਆਰ 11-12 ਲੀਟਰ? ਹਾਂਜੀ ਹਾਂਜੀ, 11 ਕਿਲੋ ਦੀ ਗਰੰਟੀ, 11 ਕਿਲੋ ਹੈਗਾ, ਜਿਹੜਾ ਸ਼ਾਮ ਹੀ ਆਈ ਆ, ਬਾਕੀ ਵੰਡ ਵੁੰਡ ਲਾਉਣ ਨਾਲ ਦੁੱਧ 12-13 ਕਿਲੋ ਕਰ ਜਾਣਾ ਨੇ ਆਪਾਂ। ਅੱਛਾ ਜੀ, ਠੀਕ ਹੈ ਜੀ।
ਬਾਕੀ ਥਣਾਂ ਦਾ ਸਾਈਜ਼ ਹਵਾਨਾ ਤੁਸੀਂ ਦੇਖ ਸਕਦੇ ਜੀ। ਹਾਂਜੀ ਵੀਰ ਜੀ ਲਿਆ ਖੋਲੋ ਜੀ, ਇਹਨਾਂ ਵੀ ਤੋੜ ਕੇ ਵਿਖਾਈਏ ਜੀ ਇੱਕ ਵਾਰੀ। ਆ ਫੇਸ ਕੁਆਲਿਟੀ ਜਿਹੜੀ ਇਹਦੀ ਤੁਸੀਂ ਰੈਡ ਦੀ ਦੇਖ ਸਕਦੇ ਜੀ ਇੱਕ। ਦੂਸਰਾ ਸੂਆ ਸੂਈ ਆ, ਹਵਾਨਾ ਜਿਹੜਾ ਇਹਦਾ ਇੱਕ ਵਾਰੀ ਲੱਗ ਗਿਆ ਤਾਂ ਦੇਖ ਸਕਦੇ ਜੀ। ਹਾਂਜੀ ਵੀਰ ਜੀ ਲੈ ਆਓ ਜੀ। ਬਾਕੀ ਕਾਲੀ ਜਿਹੜੀ ਵੈੜ ਹੈ ਜਿੰਨਾ ਵੀਰਾਂ ਨੂੰ ਪਸੰਦ ਹੁੰਦੀ ਹੈ। ਬੈਣੀ ਵਾਲੇ ਪਾਸੇ ਦੇ ਥਣਾਂ ਦਾ ਸਾਈਜ਼ ਹਵਾਨਾ ਸਾਈਜ਼ ਦੇਖ ਸਕਦੇ ਜੀ। ਹਾਂਜੀ ਵੀਰ ਜੀ ਥਣ ਥੁਣ ਇਹਦੇ ਬਿਲਕੁਲ ਓਕੇ ਆ ਜੀ। ਥਣ ਵਧੀਆ ਵੀਰ ਜੀ, ਬੜਾ ਸੋਹਣਾ ਪਸਮਾ ਚਵਾਵ ਆ, ਬਿਨਾ ਮੰਗੇ ਤੋਂ ਆ। ਠੀਕ ਆ ਜੀ, ਨਿਆਣਾ ਚੋਏ ਭਾਵੇਂ ਕੋਈ ਜਾਵੇ। ਤੇ ਕੋਈ ਥਣ ਵਾਧ ਘਾਟ ਨਹੀਂ? ਨਾ ਕੁਝ ਨਹੀਂ ਹੈਗਾ ਵੀਰ ਜੀ, ਕੋਈ ਵਾਧ ਘਾਟ ਨਹੀਂ ਹੈਗੀ। ਇਹਦੀਆਂ ਆ ਬੈਣੀ ਵਾਲਾ ਪਾਸਾ ਜਿਹੜਾ ਮਗਰਲਾ ਥਾਣ ਹੈ ਨਾ, ਹਾਂਜੀ ਜੇ ਪਿਛਾੜ ਨਾ ਪਿਛਾੜ ਚੋਈਏ ਤੇ ਤਿੰਨਾਂ ਧਾਰਾਂ ਦਾ ਫਰਕ ਪੈਂਦਾ। ਅੱਛਾ ਜੀ, ਤਿੰਨਾਂ ਧਾਰਾਂ ਦਾ ਇੱਕ ਥਾਂ ਦਾ ਫਰਕ ਹੈ ਮਗਰਲੇ ਦਾ। ਠੀਕ ਹੈ, ਬਾਕੀ ਕੋਈ ਨੋਰਮਲੀ ਵੀ ਐਡੀ ਗੱਲ ਵੀ ਨਹੀਂ ਆ। ਅੱਛਾ ਅੱਛਾ ਠੀਕ ਹੈ, ਦੁੱਧ ਵੀ ਸੋਹਣਾ ਕਰੀ ਜਾਊਗੀ। ਤੇ ਇਹਦਾ ਕੀ ਮੁੱਲ ਕਰਨਾ ਜੀ ਫਿਰ? ਇਹ ਵੀਰ ਜੀ ਦੇ ਦਾਂਗੇ 27,000 ਦੀ ਪੱਕੀ। 27,000 ਦੀ? ਹਾਂਜੀ 27,000 ਦੀ ਦੇ ਦਾਂਗੇ। ਠੀਕ ਹੈ ਜੀ, ਤੇ ਆ ਫਿਰ ਕੱਟੀ ਬਾਰੇ ਦੱਸਦੀਆਂ ਹੁਣ ਆਪਾਂ। ਹਾਂਜੀ ਕੱਟੀ ਦੇ ਦਾਂਗੇ। ਆ ਝੋਟੀ ਬਾਰੇ ਵੀ ਜਿਹੜਾ ਹੁਣ ਤੁਹਾਨੂੰ ਦੱਸਦੇ ਆ, ਸੋਹਣੀ ਝੋਟੀ ਆ। ਹਾਂਜੀ ਵੀਰ ਜੀ ਦੱਸ ਦਿਓ ਜੀ ਇਹਦੇ ਬਾਰੇ ਵੀ। ਇਹ ਵੀਰ ਜੀ ਮੂੰਹੋਂ ਦੋ ਦੰਦ ਆ। ਅੱਛਾ ਜੀ, ਹਾਂਜੀ ਤੇ ਇਹਨੂੰ 16 ਤਰੀਕ ਨੂੰ 3 ਮਹੀਨੇ ਪੂਰੇ ਹੋਏ ਨੇ, ਗਾਂ ਟੀਕਾ ਲੱਗਾ ਜੀ। ਅੱਛਾ ਜੀ, ਤੇ ਚੈੱਕ ਨਹੀਂ ਕਰਾਈ ਹਲੇ? ਨਹੀਂ ਚੈੱਕ ਨਹੀਂ ਜੀ ਹੋਈ ਵੀਰ ਜੀ ਇਹ। ਠੀਕ ਹੈ, ਹੁਣ ਤੇ ਪਰ ਚੈੱਕ ਹੋ ਸਕਦੀ ਹੈ ਹਨਾ? ਹਾਂਜੀ ਚੈੱਕ ਹੋ ਸਕਦੀ ਹੈ, ਕੋਈ ਆਪਣਾ ਚੈੱਕ ਕਰਵਾ ਕੇ ਲਿਜਾ ਸਕਦਾ ਹਨਾ। ਬਾਕੀ ਆਪਾਂ ਰੇਟ ਹੀ ਵੀਰ ਜੀ ਉਹਨਾਂ ਕਰਨਾ ਵਾ ਵੀ ਕਿਸੇ ਨੂੰ ਲੋੜ ਹੀ ਨਾ ਪਵੇ ਚੈੱਕ ਦੀ। ਅੱਛਾ, ਵੀ ਹੈ 16 ਤਰੀਕ ਨੂੰ 3 ਮਹੀਨੇ ਨੂੰ ਹੋਏ ਨੇ। ਠੀਕ ਹੈ, ਬੜੀ ਚੰਗੀ ਹੈ ਕੱਟੀ ਹੈ ਵੈਸੇ। ਆ ਥਾਨ ਵਿਖਾਓ ਵੀਰ ਜੀ ਇਹਦੇ ਤੇ ਲਿਆਓ, ਆ ਵੇਖੀ ਥਾਨ ਜਿਹੜਾ ਬਹੁਤ ਚੰਗੀ ਕੱਟੀ ਹੈ ਉਹ ਸੀ। ਆ ਦੇਖ ਸਕਦੇ ਥਾਨ ਜਿਹੜੇ ਤੇ ਤੁਸੀਂ। ਹਾਂਜੀ ਠੀਕ ਹੈ ਜੀ, ਤੇ ਇਹਦਾ ਕੀ ਮੁੱਲ ਕਰਨਾ ਫਿਰ ਵੀਰ ਜੀ? ਇਹਦੀ ਵੀਰ ਜੀ ਮਾਂ ਦਾ ਰਿਕਾਰਡ ਵੀ ਰਿਹਾ 16-17 ਲੀਟਰ ਦੁੱਧ ਦਾ। ਅੱਛਾ, 16-17 ਲੀਟਰ ਇਹਦੀ ਮਾਂ ਦਾ ਰਿਕਾਰਡ ਰਿਹਾ, ਬਹੁਤ ਚੰਗੀ ਕੱਟੀ ਆ। ਤੇ ਇਹ ਵੀਰ ਜੀ ਹੁਣ ਦੇ ਦਾਂਗੇ 30,000 ਰੁਪਏ ਜੀ। 30,000 ਦੀ? ਹਾਂਜੀ 30,000 ਦੀ ਦੇ ਦਾਂਗੇ, ਤੇ ਭਾਵੇਂ ਖਾਲੀ ਹੋਵੇ ਤੇ ਭਾਵੇਂ ਸੂਣ ਵਾਲੀ ਹੋਵੇ। ਹਾਂਜੀ ਬਾਕੀ ਕੀ ਹੋਊਗੀ ਗੱਬਣੀ ਆ। ਅੱਛਾ, ਕਿਸੇ ਸੈਮ ਦਾ ਟੀਕਾ ਲਾਇਆ ਉਹਨਾਂ। ਠੀਕ ਹੈ ਜੀ, ਬਹੁਤ ਵਧੀਆ ਟੀਕਾ ਲਾਇਆ ਵਾ। ਨਾਲੇ ਆਏ ਤੇ ਕੋਈ 3 ਮਹੀਨੇ ਹੋਏ ਨੇ ਚੈੱਕ ਹੋਣ ਤੇ, ਵੈਸੇ ਵੀ ਚੈੱਕ ਹੋਈ ਜਾਣੀ ਆ 10 ਦਿਨ ਰਹਿ। ਗਰਮੀ ਕਰਕੇ ਨਹੀਂ ਚੈੱਕ ਕਰਾਈ ਜੀ? ਅੱਛਾ ਜੀ, ਹਾਂਜੀ ਗਰਮੀ ਕਰਕੇ ਨਹੀਂ ਚੈੱਕ ਕਰਾਈ ਜੀ, ਗਰਮੀ ਬਹੁਤ ਪੈਂਦੀ ਆ। ਠੀਕ ਹੈ, ਉਹਦੇ ਕਰਕੇ ਤੇ ਬਾਕੀ ਕੋਈ ਇਹ ਵੀਰ ਨੂੰ ਪਸੰਦ ਹੁੰਦੀ ਆ 30,000 ਦੀ, ਉਹ ਚੈੱਕ ਕਰਾਵੇ ਉਦਾਂ ਖੜੇ। ਅੱਛਾ, ਖਾਲੀ ਹੋਵੇ ਸੂਣ ਵਾਲੀ ਹੋਵੇ ਰੇਟ 30,000। ਹਾਂਜੀ ਬਾਕੀ ਦੋ ਦੰਦ ਆ ਗਈ ਮਾਨ ਤਾਨ ਮੌਕੇ ਤੇ ਲਿਆਓ, ਇਹਨਾਂ ਵੀ ਇੱਕ ਵਾਰੀ ਤੋੜ ਕੇ ਵਿਖਾ ਦਈਏ ਫਿਰ ਚੱਲਦਾ ਪਤਾ ਲੱਗ ਜਾਂਦਾ। ਮੂੰਹ ਜਿਹੜੀ ਦੋ ਦੰਦ ਆ। ਹਾਂਜੀ ਠੀਕ ਹੈ ਵੀਰ ਜੀ ਲੈ ਆਇਓ। ਹਾਂਜੀ ਵੀਰ ਜੀ ਫਿਰ ਹੋਰ ਕੁਛ ਕਹਿਣਾ ਚਾਹੋਗੇ ਵੀਰ ਜੀ? ਫਿਰ ਲੱਦ ਕੇ ਪਸ਼ੂ ਸਾਡੇ ਘਰ ਪਹੁੰਚਾਓ, ਫਿਰ ਪੈਸੇ ਦੇ ਗਏ ਤੇ ਇਸ ਕਰਕੇ ਏਦਾਂ ਨੀ ਜੋ ਹੁੰਦਾ ਵੀਰ ਜੀ, ਪੈਸਾ ਕੋਈ ਵੀਰ ਸਾਰੀ ਪੇਮੈਂਟ ਅਕਾਊਂਟ ਚ ਪਾਵੇ ਫਿਰ ਉਹਦੇ ਘਰ ਪਸ਼ੂ ਪਹੁੰਚੂਗਾ, ਜਾਂ ਉਹ ਸਾਈ ਪਾ ਕੇ ਵੀਰ ਭਾਵੇਂ 2 ਦਿਨ ਹਟ ਕੇ ਆਵੇ ਇੱਥੇ ਆ ਕੇ ਪਾਸ ਕਰੇ ਜਾਂ ਸੂਏ ਡੰਗਰ ਦੀ ਚਵਾਈ ਕਰੇ ਤੇ ਪੈਸੇ ਲੈ ਕੇ ਫਿਰ ਪਸ਼ੂ ਯਾਨੀ ਕਿ ਆਪਾਂ ਦਿਨ ਤੇ ਹਟਦਾ ਰਹੇ। ਠੀਕ ਹੈ ਜੀ, ਹਾਂਜੀ ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਜਿਹੜੇ 3 ਪਸ਼ੂ ਵੀਰ ਜੀ ਉਹਨਾਂ ਨੇ ਵਿਕਾਊ ਕੀਤੇ ਆ ਤੇ 1 ਜਿਹੜੀ ਝੋਟੀ, ਬਾਕੀ ਕਿਸੇ ਵੀਰ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਆਪਣਾ ਇੱਥੇ ਆ ਕੇ ਤਸੱਲੀ ਕਰਕੇ ਲਿਜਾ ਸਕਦਾ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।